ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਤੇ ਲੱਗਿਆ ਵਿਰਾਮ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਪ੍ਰੈਸ ਕਾਨਫਰੰਸ ਕਰ ਕਿਹਾ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੀਂ ਹੋਵੇਗਾ ਗਠਜੋੜ। ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਕੱਲਿਆਂ ਲੜੇਗੀ ਚੋਣ। ਕੇਂਦਰ ਸਰਕਾਰ ਇਸ ਫੈਸਲੇ ਦਾ ਕੀਤਾ ਸਵਾਗਤ। ਕਿਹਾ, ਗਠਜੋੜ ਨਾ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ। ਆਓ ਸੁਣਦਿਆਂ ਹੋਰ ਇਸ ਬਾਰੇ ਕੀ ਕਿਹਾ ਅਸ਼ਵਨੀ ਸ਼ਰਮਾ ਨੇ। ਗੁਰਦਾਸਪੁਰ ਤੋਂ ਬਿਊਰੋ ਰਿਪੋਰਟ, AMI ਨਿਊਜ਼ ਪੰਜਾਬ। ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤ੍ਰਿਤਵ ਦਾ, ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ, ਪਾਰਟੀ ਦੇ ਅਧਿਅਕਸ਼ JP ਨੱਡਾ ਜੀ ਦਾ, ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਕੱਲੇ ਚੁਣਾਵ ਲੜੇਗੀ। ਮੈਨੂੰ ਇਹ ਲੱਗਦਾ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਹੈ, ਪੰਜਾਬੀਆਂ ਦੇ ਹਿੱਤ ਦਾ ਨਿਰਣੇ ਹੈ। ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ, ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ, ਉਹਦੀ ਜਾਣਕਾਰੀ ਘਰ ਘਰ ਪਹੁੰਚਾਏਗੀ। ਚਾਹੇ ਤੁਸੀਂ ਇੱਕ ਪਾਸੇ ਸ਼੍ਰੀ ਅਯੋਧਿਆ ਦੇ ਅੰਦਰ ਰਾਮ ਮੰਦਿਰ ਦੇ ਨਿਰਮਾਣ ਦਾ ਮੁੱਦਾ ਹੈ, ਅਤੇ ਦੂਜੇ ਪਾਸੇ ਪੰਜਾਬ ਅਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਮੌਕਾ ਮਿਲੇ, ਇਹ ਮੰਗ ਪੂਰੀ ਕਰਨ ਦਾ ਆਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੋਲ੍ਹਿਆ। ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ ਵੀਰ ਵਾਲ ਦਿਵਸ ਦੀ ਘੋਸ਼ਣਾ ਕੀਤੀ। ਚਾਹੇ ਲੰਗਰ ਅਤੇ GST ਹਟਾਉਣਾ ਹੋਏ, ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੋਏ, ਚਾਹੇ ਹਜ਼ੂਰ ਸਾਹਿਬ ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ, ਮਤਲਬ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਿਆ ਤਾਂ ਨਰਿੰਦਰ ਭਾਈ ਮੋਦੀ ਨੇ ਸਮਝਿਆ। ਚਾਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲ੍ਹੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ, ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਜਾਲੀ ਮੁਗਲ ਸ਼ਾਸਨ ਨੇ ਦਿੱਤਾ ਸੀ। ਲੇਕਿਨ ਪੰਜਾਬ ਦੇ ਅੰਦਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ ਸਮੇਂ 'ਤੇ ਕਰਦੀ ਰਹਿੰਦੀ ਹੈ। ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਕਿ BJP ਪੰਜਾਬ ਦੇ ਅੰਦਰ ਇਕੱਲੇ ਚੁਣਾਵ ਲੜੇਗੀ, ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਦ ਔਰ ਪੰਜਾਬ ਦੇ ਹਿੱਤਕਾਰੀ ਹੋਣਗੇ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ, ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਟੋਕਰੇ ਪਾ ਭਰ ਭਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ। ਉਹਦੇ ਪਿੱਛੇ ਕਾਰਨ ਇੱਕ ਖਿੰਝ ਸੀ ਕਿ ਪੰਜਾਬ ਦੇ ਅੰਦਰ ਕਾਂਗਰਸ ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ, ਲੋਕ ਉੱਭ ਚੁੱਕੇ ਸੀ। ਲੇਕਿਨ ਇਹਨਾਂ ਨੇ ਤਾਂ 2 ਸਾਲ 'ਚ ਹੀ ਬਾਂਹ ਬਾਂਹ ਬੁਲਾਤੀ ਹੈ।
ਆਮ ਆਦਮੀ ਪਾਰਟੀ ਤੋਂ ਵੀ ਅੱਜ ਪੂਰੇ ਦੇਸ਼ ਦੇ ਅੰਦਰ ਉਹਦਾ ਜਿਹੜਾ ਭ੍ਰਿਸ਼ਟਾਚਾਰੀ ਚਿਹਰਾ ਉਹ ਪੂਰੇ ਦੇਸ਼ ਦੇ ਅੰਦਰ ਨੰਗਾ ਹੋ ਚੁੱਕਿਆ। ਐਸਾ ਕਿ ਉਹ ਕੀ ਕਹਿੰਦੇ ਨੇ ਇਹ ਮਹੱਤਵਪੂਰਨ ਨਹੀਂ ਹੈ। ਉਹ ਬੜੀ ਦੇਰ ਸਰਕਾਰ 'ਚ ਰਹੇ ਹੈ, ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀ ਹੈਗੇ ਕਿਆ? ਉਹ ਮੰਤਰੀ ਪਦ ਦਾ ਵੀ ਆਨੰਦ ਬੜੀ ਦੇਰ ਲਿਆ ਉਹਨਾਂ ਨੇ, ਉਸ ਵੇਲੇ ਨਹੀਂ ਸੀ ਹੈਗੇ। ਕੇਵਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਨੇਤ੍ਰਿਤਵ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ ਸੁਥਰਾ ਵਿਕਾਸ ਕਰਨ ਵਾਲਾ, ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋਹ ਹੋਇਆ, ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਵੋਟਾਂ ਲੈ ਕੇ ਉਹਨਾਂ ਦੀਆਂ ਇੱਛਾਵਾਂ ਆਕਾਂਕਸ਼ਾਵਾਂ ਦਾ ਕਤਲ ਕੀਤਾ, ਉਹਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਉਣਾ, ਪੰਜਾਬ ਨੂੰ ਵਿਕਾਸ ਦੀ ਰਾਹ 'ਤੇ ਪਾਉਣਾ, ਪੰਜਾਬ ਨੂੰ ਅਗਰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ, ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਉਣਾ, ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ, ਔਰ ਇਹ ਇੱਕ ਮਾਤਰ ਵਿਕਲਪ ਹੁਣ ਅਗਰ ਪੰਜਾਬ ਕੋਲ ਕੋਈ ਬਚਿਆ, ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ ਵਾਰ ਵਾਰ, ਬੀਜੇਪੀ ਇੱਕ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰ ਭਾਈ ਮੋਦੀ ਹੈ, ਜਿਨ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦਾ ਡੰਕਾ ਵਜਾਇਆ। ਨਹੀਂ, ਮੈਨੂੰ ਇਹ ਲੱਗਦਾ ਕਿ ਹਮੇਸ਼ਾ ਕੇਂਦਰ ਨੇ, ਹੁਣ ਜਿਹੜਾ ਪਿਛਲਾ ਬਹੁਤ ਵਧੀਆ, ਪੰਜਾਬ ਦੇ ਅੰਦਰ ਦੋ ਫਸਲਾਂ ਹੁੰਦੀਆਂ ਜ਼ਿਆਦਾ, ਕਣਕ ਅਤੇ ਝੋਨਾ। ਮੰਗ ਕੀ ਸੀ ਇਹਨਾਂ ਨੇ ਪਿਛਲੇ ਅੰਦੋਲਨ ਦੇ ਅੰਦਰ? ਭਰਮ ਪੈਦਾ ਕੀਤਾ ਜੀ ਕਿ ਮੰਡੀਆਂ ਬੰਦ ਹੋ ਜਾਣੀਆਂ ਜੀ, MSP ਬੰਦ ਹੋ ਜਾਣੀ ਹੈ। ਇੱਕ ਇੱਕ ਦਾਣਾ ਚੁਕਾਇਆ, ਲਗਾਤਾਰ ਚੋਕ ਹੋਇਆ ਔਰ ਲਗਾਤਾਰ MSP ਵਧੀ ਹੈ। ਇਹਦਾ ਮਤਲਬ ਕਿ ਉਸ ਵੇਲੇ ਵੀ ਭਰਮ ਪੈਦਾ ਕੀਤਾ ਗਿਆ ਔਰ ਕੇਂਦਰ ਨੇ ਹੁਣ ਵੀ ਕਿਹਾ ਕਿ ਤੂੰ ਪੰਜਾਬ ਦੇ ਅੰਦਰ ਕਿਹੜੀਆਂ ਹੋਰ ਫਸਲਾਂ ਕਰਨਾ ਚਾਹੁੰਦੇ ਹੋ? ਕਿਹੜੀ ਐਸੀ ਫਸਲ ਹੈ ਜਿਹਦੇ ਉੱਤੇ ਤੁਸੀਂ? ਪੰਜ ਫਸਲਾਂ ਦੀ ਗੱਲ ਆਈ ਉਸ ਵੇਲੇ ਆਪਸ 'ਚ ਗੱਲਬਾਤ ਹੋਈ ਅਤੇ ਉਹਦੇ 'ਤੇ MSP ਦੇਣ ਨੂੰ ਤਿਆਰ ਆ। ਅੱਜ ਵੀ ਉਹ ਕਹਿ ਰਿਹਾ ਸੀ ਗੱਲਬਾਤ ਕਰਨ ਨੂੰ ਤਿਆਰ ਆ, ਲੇਕਿਨ ਕਿਸਾਨ ਦੇ ਖਾਤੇ 'ਚ 2000 ਰੁਪਇਆ ਮੋਦੀ ਨੇ ਪਾਉਣਾ ਬੰਦ ਨਹੀਂ ਕੀਤਾ। ਇਹ ਮੋਦੀ ਦੇ ਪ੍ਰਤੀ ਭਰਮ ਪੈਦਾ ਕਰਵਾਉਂਦੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਫੀਡਬੈਕ ਫੀਡ ਕਰਦੀਆਂ ਕੇਵਲ ਆਪਣੇ ਰਾਜਨੀਤਿਕ ਸਵਾਰਥ ਦੇ ਲਈ। ਪੂਰੇ ਦੇਸ਼ ਦਾ ਕਿਸਾਨ ਵੀ ਤਾਂ ਹੈ। ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹੁੰਦਾ, ਮੋਦੀ ਕਿਸਾਨਾਂ ਦਾ ਅਸਲੀ ਹਤੇਸ਼ੀ ਹੈ। ਇਹ ਜਿਹੜੀ ਸਰਕਾਰ ਮੌਜੂਦਾ ਹੈ, ਇਹਦੀ ਬੀਬੀ ਚੁਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ, ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਚੈਲੰਜ ਕਰਦੀ ਹੁੰਦੀ ਸੀ, ਛੱਡੋ ਗੱਦੀ ਦਿਓ ਸਰਕਾਰ, ਪਹਿਲੇ ਦਿਨ ਕੇਜਰੀਵਾਲ ਦਾ ਆਰਡਰ ਆ ਜਾਏਗਾ ਚਾਹੇ ਤੁਹਾਨੂੰ MSP ਦੇ ਦਿਆਂਗੇ। ਹਰਿਆਣਾ ਦੇ ਅੰਦਰ 14 ਫਸਲਾਂ ਦੇ ਉੱਤੇ ਸਟੇਟ ਗੌਰਮੈਂਟ MSP ਦੇ ਰਹੀ ਹੈ। ਅਗਰ ਤੁਸੀਂ ਕਿਸਾਨਾਂ ਦੇ ਅਸਲੀ ਹਤੇਸ਼ੀ ਹੋ, 2 ਫਸਲਾਂ 'ਚ ਉਹਨਾਂ ਨੂੰ ਪੂਰੀ ਮਿਲ ਰਹੀ ਹੈ, ਗੰਨੇ 'ਤੇ ਵੀ ਪੂਰਾ ਮਿਲ ਰਿਹਾ ਔਰ ਗੰਨੇ ਦਾ ਭਾਅ ਵੀ ਇੰਨਾ ਕੁ ਵੱਧ ਰਿਹਾ ਕਿ ਜਿੰਨਾ ਕਦੀ ਕਿਸੇ ਨੇ ਵਧਾਇਆ ਨੇ, 25-25 ਰੁਪਏ ਕੁਇੰਟਲ ਦਾ ਵਧਾਈ ਜਾਂਦੇ ਨੇ। ਇੱਕ ਮਿੰਟ, ਮੇਰੀ ਗੱਲ ਨਹੀਂ ਪੂਰੀ ਹੋਈ। ਅਗਰ ਹਰਿਆਣਾ ਦੀ ਸਰਕਾਰ 14 ਫਸਲਾਂ 'ਤੇ MSP ਦੇ ਸਕਦੀ ਹੈ, ਇਹ ਆਪਣੇ ਆਪ ਨੂੰ ਕਿਸਾਨ ਹਤੇਸ਼ੀ ਕਹਿਣ ਵਾਲਾ ਮਾਨ ਦੀ ਸਰਕਾਰ ਨੇ ਇਹਦੇ 'ਤੇ ਕੋਈ ਨਿਰਣੇ ਕਿਉਂ ਨਹੀਂ ਲਿਆ? ਕੇਵਲ ਭਰਮ ਫਲਾਓ, ਝਗੜਾ ਕਰਾਓ, ਪੰਜਾਬ ਦੇ ਲੋਕਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੋ
ਕਿ ਨਹੀਂ ਕੇਂਦਰ ਤੁਹਾਡੇ ਅਗੇਂਸਟ ਹੈ। ਅਰੇ ਪੰਜਾਬ ਦੇ ਅੰਦਰ ਏਮਸ ਬਣ ਰਹੇ ਨੇ, ਪੰਜਾਬ ਦੇ ਅੰਦਰ 40,000,00,000 ਕਰੋੜ ਰੁਪਏ ਦੇ ਉਹ ਬਣ ਗਏ ਤੁਹਾਡੇ ਰੋਡ ਬਣ ਰਹੇ ਨੇ, ਪੰਜਾਬ ਦੇ ਅੰਦਰ ਅਨੇਕ ਪ੍ਰੋਜੈਕਟ ਕੇਂਦਰ ਦੇ ਚੱਲਦੇ ਪਏ ਨੇ, ਜਿਹੜਾ ਲੋਕਾਂ ਦੇ ਘਰ ਅਨਾਜ ਜਾ ਰਿਹਾ ਉਹ ਵੀ ਕੇਂਦਰ ਦਾ ਜਾ ਰਿਹਾ। ਇਹ ਮੋਹਰ ਲਾ ਰਹੇ ਨੇ ਉਹਦੇ 'ਤੇ। ਜੇ ਲੋਕਾਂ ਗਰੀਬ ਲੋਕਾਂ ਨੂੰ ਘਰ ਮਿਲ ਰਹੇ ਨੇ ਤਾਂ ਕੇਂਦਰ ਦੇ ਰਿਹਾ, ਜੇ ਲੋਕਾਂ ਦੇ ਘਰ ਟੋਇਲਟ ਬਣੇ ਨੇ ਤਾਂ ਕੇਂਦਰ ਦੇ ਰਿਹਾ, ਫਿਰ ਉਸ ਬਾਅਦ 'ਚ ਕੀ ਕਹਿਣਗੇ ਅਸੀਂ ਪੰਜਾਬੀ ਟੈਕਸ ਨਹੀਂ ਦਿੰਦੇ। ਔਰ ਲੇਕਿਨ ਕੇਂਦਰ ਜਿਸ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਲੈ ਰਿਹਾ, ਕਮ ਸੇ ਕਮ ਜਿਹੜਾ ਕੰਮ ਕਰ ਰਿਹਾ ਹੋਏ ਉਹਨੂੰ ਉਹਦਾ ਉਤਸ਼ਾਹ ਵਧਾਉਣਾ ਚਾਹੀਦਾ। ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਇਹਨਾਂ ਪਾਰਟੀਆਂ ਦੁਆਰਾ ਫੈਲਾਏ ਭਰਮ ਨੂੰ, ਝੂਠ ਨੂੰ, ਫਰੇਬ ਨੂੰ ਸਮਝੇਗਾ ਔਰ ਨਰਿੰਦਰ ਭਾਈ ਮੋਦੀ ਦੇ ਨਾਲ ਖੜਾ ਹੋਏਗਾ। ਹਾਂਜੀ ਬੇਬ ਸ਼ੰਬਰ ਜੀ, ਦੇਖੋ ਆਪਣਾ ਵਿਚਾਰਾਂ ਦੇ ਨਾਲ ਆਦਾਨ ਪ੍ਰਦਾਨ ਦੇ ਨਾਲ ਹਰ ਸਮੱਸਿਆ ਦਾ ਸਮਾਧਾਨ ਹੈ ਔਰ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਉਹਨਾਂ ਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ, ਮੈਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ ਔਰ ਜਨਤਾ ਨੂੰ ਆਪਣੇ ਮਤ ਦੇ ਦੁਆਰਾ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਹੈ। ਅਰਾਜਕਤਾ ਦੇ ਲਈ, ਆਪਸ 'ਚ ਲੜਨ ਦੇ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ ਲੋਕਤੰਤਰ ਦੇ ਅੰਦਰ। ਲੋਕਤੰਤਰ ਦੇ ਅੰਦਰ ਲੋਕ ਹੀ ਤੈਅ ਕਰਦੇ ਨੇ ਕਿ ਉਹ ਕਿਹਦੇ ਨਾਲ। ਐਸਾ ਕਿ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਨੇਤ੍ਰਿਤਵ ਹੈ ਬੀਜੇਪੀ ਕੈਡਰ ਬੇਸ ਪਾਰਟੀ ਹੈ। ਬੀਜੇਪੀ ਜਿਹੜੀ ਹੈ ਉਹਦਾ ਪਾਰਲੀਮੈਂਟ ਬੋਰਡ ਹੈ, ਪਾਰਲੀਮੈਂਟ ਬੋਰਡ ਤੈਅ ਕਰਦਾ। ਅਸੀਂ ਸਭ ਪਾਰਟੀ ਦੇ ਸਾਮਾਨਯ ਕਾਰਜਕਰਤਾ, ਸਾਡੇ ਲਈ ਪਾਰਟੀ ਕਿਸ ਕੌਣ ਕਾਰਜਕਰਤਾ ਕਿਸ ਭੂਮਿਕਾ 'ਚ ਰਹੇਗਾ ਇਹ ਪਾਰਟੀ ਤੈਅ ਕਰਦੀ ਹੈ। ਲੇਕਿਨ ਇਹ ਪੱਕਾ ਕਿ ਕਮਲ ਦਾ ਨਿਸ਼ਾਨ ਚੁਣਾਵ ਲੜ ਰਿਹਾ ਔਰ ਅਸੀਂ ਕਮਲ ਦੇ ਨਿਸ਼ਾਨ ਨੂੰ ਜਿਤਾਉਣ ਦੇ ਲਈ ਸਾਰੇ ਦਿਨ ਰਾਤ ਇੱਕ ਕਰਾਂਗੇ। ਨਹੀਂ ਨਹੀਂ ਇਹ ਨਿਰਣੇ ਅਸੀਂ ਬੜੀ ਸੋਚ ਦੇ ਨਾਲ ਲਿਆ ਔਰ ਇਹ ਨਿਰਣੇ ਪੰਜਾਬ ਨੂੰ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਨਰਿੰਦਰ ਭਾਈ ਮੋਦੀ, ਨੱਡਾ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਕੀਤਾ, ਕਿਉਂਕਿ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ। ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਜਿਹੜੀ ਸਰਕਾਰ ਬਣਾਈ ਸੀ ਉਹ ਵੀ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਪਾਈ। ਇਸ ਕਰਕੇ ਪਾਰਟੀ ਨੂੰ ਲੱਗਦਾ ਕਿ ਪੰਜਾਬ ਨੂੰ ਅੱਜ ਇੱਕ ਰਾਸ਼ਟਰੀ ਪਾਰਟੀ ਦੀ ਜ਼ਰੂਰਤ ਹੈ, ਜਿਹੜੀ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੋਈ ਹੈ, ਜਿਹੜਾ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਡੁੱਬਿਆ ਪਿਆ, ਜਿਹੜਾ ਪੰਜਾਬ ਦਾ ਵਪਾਰੀ ਸਹਿਮਿਆ ਪਿਆ, ਜਿਹੜੀ ਇੰਡਸਟਰੀ ਪਲਾਇਨ ਕਰ ਰਹੀ ਹੈ, ਇਹਨੂੰ ਅਗਰ ਕੋਈ ਠੱਲ ਪਾ ਸਕਦਾ ਅਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਕੋਈ ਲੈ ਕੇ ਜਾ ਸਕਦਾ ਅਤੇ ਬੀਜੇਪੀ ਲੈ ਕੇ ਜਾ ਸਕਦੀ ਹੈ। ਇਸ ਕਰਕੇ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ 'ਚ ਲਿਆ ਇਹ ਨਿਰਣੇ ਹੈ। ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਦੇ ਨਾਲ ਨਰਿੰਦਰ ਮੋਦੀ ਜੀ ਦਾ, ਨੱਡਾ ਜੀ ਦਾ, ਪਾਰਟੀ ਦੇ ਅਧਿਕਸ਼ ਜੀ ਦਾ ਔਰ ਅਮਿਤ ਭਾਈ ਸ਼ਾਹ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਿਰਣੇ ਲਿਆ ਔਰ ਪੂਰੇ ਜੋਸ਼ ਖਰੋਸ਼ ਨਾਲ ਪਾਰਟੀ 13 ਦੀਆਂ 13 ਪਾਰਲੀਮੈਂਟ ਸੀਟਾਂ ਲੜੇਗੀ ਔਰ ਤੁਸੀਂ ਇਹ ਦੇਖਣਾ ਇਹ ਪ੍ਰਣਾਮ ਵੀ ਬੜੇ ਸੁਖਦ ਆਉਣਗੇ। ਨਹੀਂ ਨਹੀਂ ਮੈਂ ਤਾਂ ਕਹਿ ਰਿਹਾ ਨਾ ਕਿ ਅਸੀਂ ਕਾਰਜਕਰਤਾ ਨੇ, ਪਾਰਟੀ ਭੂਮਿਕਾ ਤੈਅ ਕਰਦੀ। ਨਹੀਂ ਜੇ ਕੁਛ ਨਹੀਂ ਹੁੰਦਾ ਪਾਰਟੀ ਦੇ ਅੰਦਰ, ਕਮਲ ਦਾ ਨਿਸ਼ਾਨ ਕੈਂਡੀਡੇਟ ਹੈ ਔਰ ਅਸੀਂ ਸਭ ਉਹਨੂੰ ਜਿਤਾਉਣ ਦੇ ਲਈ ਜਿੰਦਾ ਤੇ ਅਰੇ ਹੱਕ
ਬੀਜੇਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ ਕਰਦੇ ਨੇ, ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ, ਐਸੇ ਸਭ ਲੋਕਾਂ ਦਾ ਸਵਾਗਤ ਹੈ। ਕਹੀ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਸ ਔਰ ਫੈਬਰਿਕਸ। ਸਬਸੇ ਸਸਤਾ ਸਬਸੇ ਅੱਛਾ, ਡਿਫੈਂਸ ਰੋਡ, ਮਮੂਨ, ਪਠਾਨਕੋਟ। ਕੰਟੈਕਟ 9614196141।